ਜਨਰਲ ਮਜ਼ਦੂਰ ਯੂਨੀਅਨ ਪੰਜਾਬ, ਅੱਜ ਅਸੀਂ ਮਹਿਤਪੁਰ ਵਿਖੇ ਖੜ੍ਹੇ ਹਾਂ, ਜੋ ਕਿ ਸਾਡਾ ਏਰੀਆ, ਸਾਡਾ ਇਲਾਕਾ। ਅਤੇ ਅੱਜ ਅਸੀਂ ਦੇਖ ਰਹੇ ਹਾਂ ਕਿ ਅੱਜ ਇੱਥੇ ਸ੍ਰੀ ਰਿੰਕੂ ਜੀ, ਜਿਹੜੇ ਕਿ ਦਲ ਬਦਲੂ ਜਿਹਨਾਂ ਨੂੰ ਕਹਿ ਸਕਦੇ ਹਾਂ, ਪਹਿਲਾਂ ਤਾਂ ਕਾਂਗਰਸ ਵਿੱਚ ਸੀਗੇ, ਕਾਂਗਰਸ ਦੇ MLA ਰਹੇ, ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ MP ਬਣ ਗਏ। MP ਬਣ ਕੇ ਹੁਣ ਉਹਨਾਂ ਨੂੰ ਪਤਾ ਸੀ ਮੈਨੂੰ ਟਿਕਟ ਨਹੀਂ ਮਿਲਣੀ ਆਮ ਆਦਮੀ ਪਾਰਟੀ ਤੋਂ, ਅਤੇ ਉਹ BJP ਦੇ ਵਿੱਚ ਚਲ ਗਏ। ਜਦਕਿ BJP ਜਿਹੜੀ ਆ ਉਹ ਮਜ਼ਦੂਰ ਕਿਸਾਨ ਮਾਰੂ ਪਾਰਟੀ ਆ, ਕਿਉਂਕਿ ਅਸੀਂ ਦੇਖਦੇ ਹਾਂ ਜਿਹੜੀ BJP ਪਾਰਟੀ ਆ ਮੋਦੀ ਸਾਹਿਬ, ਕਿਉਂਕਿ ਉਹ ਮਜ਼ਦੂਰ ਨੂੰ ਤਾਂ ਝੱਲਦੇ ਨਹੀਂ ਹੈ। ਇੱਕ ਵਾਰੀ ਮੋਦੀ ਸਾਹਿਬ ਨੇ ਇਹ ਗੱਲ ਕਹੀ ਸੀ ਕਿ 10 ਰੁਪਏ ਦੇ ਵਿੱਚ ਇੱਕ ਆਦਮੀ ਰੋਟੀ ਖਾ ਸਕਦਾ, ਜਦਕਿ ਅਸੀਂ ਮੋਦੀ ਸਾਹਿਬ ਨੂੰ ਇਹ ਪੁੱਛਣਾ ਚਾਹੁੰਦੇ ਹਾਂ ਕਿ 10 ਰੁਪਏ 'ਚ ਇੱਕ ਆਦਮੀ ਰੋਟੀ ਖਾ ਸਕਦਾ, ਕਿਉਂਕਿ ਜਿਸ ਪਰਿਵਾਰ ਦੇ ਵਿੱਚ 4-5 ਜੀ ਆ ਉਹਨਾਂ ਦਾ ਗੁਜ਼ਾਰਾ ਚੱਲਣਾ ਬਹੁਤ ਮੁਸ਼ਕਲ ਆ। ਅਤੇ ਜਿਹੜੀ ਇਹ BJP ਅੱਜ ਸ਼ਹੀਦ ਰਿੰਕੂ ਜਿੱਥੇ ਵੋਟਾਂ ਲੈਣ ਆਏ ਸੀਗੇ, ਰੈਲੀ ਕਰਨ ਆਏ ਸੀਗੇ, ਪਰ ਉਹਨਾਂ ਦਾ ਮੁੱਦੇ ਮੂੰਹ ਮੁੜ ਗਏ, ਕਿਸਾਨਾਂ ਨੇ ਮਜ਼ਦੂਰਾਂ ਨੇ ਉਹਨਾਂ ਦਾ ਵਿਰੋਧ ਕੀਤਾ। ਕਿਉਂ ਕੀਤਾ? ਇਸ ਕਰਕੇ ਕਿਉਂਕਿ ਅਸੀਂ ਸਿਰਫ ਆਪਣਾ ਢਿੱਡ ਦੇਖਦੇ ਹਾਂ, ਅਸੀਂ ਲੋਕਾਂ ਨੂੰ ਨਹੀਂ ਦੇਖਦੇ। ਸ਼ਹੀਦ ਰਿੰਕੂ ਜੀ ਨੇ ਦੇਖਿਆ ਕਿ ਹੁਣ ਮੇਰੇ 'ਤੇ ED ਦੀਆਂ ਰੇਡਾਂ ਪੈਣੀਆਂ, ਕਿਉਂਕਿ ਅਰਵਿੰਦ ਕੇਜਰੀਵਾਲ ਜਿਹੜਾ ਕਿ ਦਿੱਲੀ ਦਾ ਮੁੱਖ ਮੰਤਰੀ ਆ ਉਹਨੂੰ ਫੜ ਕੇ ਅੰਦਰ ਦੇ ਦਿੱਤਾ, ਅਤੇ ਮੈਂ ਕੀ ਚੀਜ਼ ਹਾਂ MP। ਇਸ ਕਰਕੇ ED ਦੀ ਰੇਡ ਤੋਂ ਡਰਦਾ ਜਿਹੜਾ ਸ਼ਹੀਦ ਰਿੰਕੂ ਆ ਇਹ BJP ਦੇ ਵਿੱਚ ਗਿਆ। ਹੁਣ ਅਸੀਂ ਦੇਖਦੇ ਹਾਂ ਕਿ ਜਦੋਂ ਇਹ ਪਿੰਡਾਂ ਦੇ ਵਿੱਚ ਆਉਣਗੇ, ਜਿੱਥੇ ਵੀ ਇਹ ਜਾਣਗੇ, ਅਸੀਂ ਇਹਨਾਂ ਦਾ ਵਿਰੋਧ ਕਰਾਂਗੇ। ਔਰ ਅੱਜ ਵੀ ਅਸੀਂ ਕਾਲੇ ਝੰਡਿਆਂ ਨਾਲ ਸਾਰੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਇਹਨਾਂ ਦਾ ਵਿਰੋਧ ਕੀਤਾ, ਜਦਕਿ ਉਹਨਾਂ ਨੇ ਸਾਡੀ ਗੱਲ ਸੁਣੀ ਨਹੀਂ, ਗੱਲ ਸੁਣਨ ਨੂੰ ਤਿਆਰ ਨਹੀਂ, ਕਿਸੇ ਨੂੰ ਹੱਥ ਵੀ ਨਹੀਂ ਹਿਲਾਇਆ ਵੀ ਚਲੋ ਯਾਰ ਜੇ ਆਏ ਆ ਸਵੇਰ ਦੇ ਖੜ੍ਹੇ ਆ ਭੁੱਖੇ ਤਾਂ ਆਏ, ਇਹਨਾਂ ਨੂੰ ਹੱਥ ਲਾ ਕੇ ਇਹਨਾਂ ਦਾ ਜੀਆਂ ਕਰ ਦਿਉ। ਜਦਕਿ ਉਹਨਾਂ ਨੂੰ ਚਾਹੀਦਾ ਸੀਗਾ ਕਿਸਾਨਾਂ ਮਜ਼ਦੂਰਾਂ ਨਾਲ ਗੱਲਬਾਤ ਕਰਨੀ ਚਾਹੀਦੀ ਸੀ, ਉਹਦਾ ਕੋਈ ਮਸਲਾ ਹੱਲ ਹੁੰਦਾ। ਪਰ ਸਾਨੂੰ ਪਤਾ ਆਉਣ ਵਾਲੇ ਸਮੇਂ ਦੇ ਵਿੱਚ ਜੋ ਕੁਛ ਵੀ ਚੱਲ ਰਿਹਾ ਇਹ BJP ਦੀਆਂ ਨੀਤੀਆਂ ਜਿਹੜੀਆਂ ਕਿਸਾਨ ਮਾਰੂ ਮਜ਼ਦੂਰ ਮਾਰੂ ਨੀਤੀਆਂ, ਇਹਨਾਂ ਨੇ ਬੜਾਵਾ ਦੇਣਾ ਅਡਾਨੀਆਂ ਅੰਬਾਨੀਆਂ ਨੂੰ, ਬਾਕੀ ਤਾਂ ਸਭ ਫੇਲ ਹੈ। ਕਿਉਂਕਿ ਜਿਹੜੇ ਹੁਣ ਵੀ ਅਸੀਂ ਜਿਹੜੇ ਮੌਲ ਪਾ ਕੇ ਬੈਠੇ ਹਾਂ ਸਾਰੇ ਬੰਦ ਹੋ ਜਾਣੇ ਆ, ਆਉਣ ਵਾਲੇ ਸਮੇਂ 'ਚ ਮੋਦੀ ਦੀ ਸਰਕਾਰ ਬਣਦੀ ਆ ਅਤੇ ਵੱਡੇ ਵੱਡੇ ਮੌਲ ਅਡਾਨੀਆਂ ਅੰਬਾਨੀਆਂ ਦੇ ਬਣਨੇ ਆ, ਜਿਨ੍ਹਾਂ ਦੇ ਵਿੱਚੋਂ ਸਾਨੂੰ ਰਾਸ਼ਨ ਉਹਨਾਂ ਨੇ ਆਪਣੇ ਹਿਸਾਬ ਨਾਲ ਦੇਣਾ, ਨਾ ਕਿ ਸਾਡੇ ਹਿਸਾਬ ਦੇ ਨਾਲ। ਜੇ ਬਦਲਾਅ ਦੀ ਗੱਲ ਕਰੀਏ, ਬਦਲਾਅ ਦੇ ਰੂਪ ਵਿੱਚ ਜਿਹੜੀ ਸੂਬਾ ਪੰਜਾਬ ਦੀ ਜਨਤਾ ਨੇ ਸਰਕਾਰ ਚੁਣੀ, ਮੈਂ ਕਿਹਾ ਜੀ ਬਹੁਤ ਤਨਦੇਹੀ ਨਾਲ ਨਿਭਾ ਰਹੇ ਆ। ਅਸੀਂ ਦੇਖਿਆ ਕਿ ਜਿਹੜੀ ਹੁਣ ਆਮ ਆਦਮੀ ਦੀ ਸਰਕਾਰ ਆ ਉਹਨਾਂ ਨੇ ਬਦਲਾਅ ਕੀ ਕਰਨਾ ਸੀਗਾ, ਉਹਨਾਂ ਨੇ ਆਪਣਾ ਬਦਲਾਅ ਕਰ ਲਿਆ। ਜਿਹੜੇ MLA ਦਾ ਵਿਆਹ ਨਹੀਂ ਹੁੰਦਾ ਸੀ ਉਹਨਾਂ ਨੇ 2-2 ਵਿਆਹ ਕਰਾ ਲਿਆ, ਹਾਂਜੀ। ਅਤੇ ਆਪਣੇ ਜਿਹੜੇ ਮੁੱਖ ਮੰਤਰੀ ਸਾਹਿਬ ਆ ਉਹਨਾਂ ਦੀ 50 ਸਾਲ ਦੀ ਏਜ ਆ ਅਤੇ ਉਹ ਮੇਰੇ ਖਿਆਲ 32 ਸਾਲ ਦੀ ਏਜ ਆ ਡਾਕਟਰ ਸਾਹਿਬ ਦੀ, ਹੁਣ ਬੱਚਾ ਵੀ ਪੈਦਾ ਹੋ ਗਿਆ। ਚਲੋ ਉਹਨਾਂ ਨੇ ਤਰੱਕੀ ਕਰ ਲਈ ਆ, ਉਹਨਾਂ ਨੇ ਇਹੀ ਤਰੱਕੀਆਂ ਕੀਤੀਆਂ, ਹੋਰ ਕੋਈ ਜਨਤਾ ਵਾਸਤੇ ਕੋਈ ਤਰੱਕੀ ਨਹੀਂ ਕੀਤੀ, ਜਿਸ ਕਈ ਉਹਨਾਂ ਨੇ ਕੋਈ ਜਨਤਾ ਵਾਸਤੇ ਤਰੱਕੀ ਕੀਤੀ ਆ। ਆਮ ਆਦਮੀ ਪਾਰਟੀ ਸਰਕਾਰ ਬਿਲਕੁਲ ਫੇਲ ਆ, ਕਿਉਂਕਿ ਜਿਹੜਾ ਗਰੀਬਾਂ ਨੂੰ ਰਾਸ਼ਨ ਮਿਲਦਾ ਸੀ, ਅਸੀਂ ਨਹੀਂ ਚਾਹੁੰਦੇ ਰਾਸ਼ਨ ਮਿਲੇ, ਅਸੀਂ ਚਾਹੁੰਦੇ ਰੁਜ਼ਗਾਰ ਮਿਲੇ, ਪੜ੍ਹੇ ਲਿਖੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇ। ਜਦਕਿ ਇਹਨਾਂ ਰਾਸ਼ਨ ਦੇ ਰਹੇ ਸੀਗੇ, ਸੈਂਟਰ ਗਵਰਨਮੈਂਟ ਦੇ ਰਹੀ ਸੀ, ਕੁਝ ਪੰਜਾਬ ਗਵਰਨਮੈਂਟ ਦੇ ਰਹੀ ਸੀ, ਇਹਨਾਂ ਨੂੰ ਉਹ ਵੀ ਬੰਦ ਕਰ ਦਿੱਤਾ। ਅਸੀਂ ਨਹੀਂ ਚਾਹੁੰਦੇ ਰਾਸ਼ਨ ਮਿਲੇ ਜਾਂ ਕੋਈ ਦਾਲ ਮਿਲੇ ਜਾਂ ਕੋਈ ਆਟਾ ਮਿਲੇ, ਅਸੀਂ ਚਾਹੁੰਦੇ ਜਿਹੜੇ ਪੜ੍ਹੇ ਲਿਖੇ ਨੌਜਵਾਨ ਆ ਉਹਨਾਂ ਨੂੰ ਰੁਜ਼ਗਾਰ ਮਿਲੇ। ਉਹਨਾਂ ਦੇ ਵਿੱਚ ਬਦਲਾਅ ਇਹੀ ਆ, ਸਿਰਫ ਉਹਨਾਂ ਨੇ ਕਿਸਾਨਾਂ ਨੇ ਇਹੀ ਕਿਹਾ ਵੀ ਜਿਹੜਾ ਮਜ਼ਦੂਰ ਆ ਉਹਦੀ ਦਿਹਾੜੀ ਵਧਾਓ, ਜਿਹੜਾ ਕਿਸਾਨ ਆ ਉਹਨੂੰ MSP ਦਿਓ। ਜਦਕਿ ਮੰਨੇ ਸੀਗੇ ਆ ਬੀਬੀ ਇੱਕ ਮੈਨੂੰ ਅਨਮੋਲ ਗਗਨ ਜਿਹੜੀ ਮੰਤਰੀ ਬਣੀ ਆ, ਉਹ ਕਹਿ ਰਹੀ ਸੀ ਕਿ MSP ਮੈਂ 5 ਮਿੰਟ 'ਚ ਦੇ ਦੇਣੀ ਆ, ਉਹ 5 ਮਿੰਟ ਕੀ ਹੁਣ ਤਾਂ ਮੇਰੇ ਖਿਆਲ ਵੀ 2 ਸਾਲ ਬੀਤ ਗਿਆ, MSP ਨਹੀਂ ਆਈ, ਕਿਉਂਕਿ ਹੁਣ ਹੀ ਨਹੀਂ ਆ ਇਹਨਾਂ ਦੇ ਕੋਲ। ਜਿਹੜਾ ਮੈਂ ਇਹ ਕਹਿਣਾ ਚਾਹੁੰਦਾ ਕਿ ਆਮ ਆਦਮੀ ਪਾਰਟੀ ਸਰਕਾਰ ਬਣੀ ਆ, ਜਿਹੜਾ ਕੋਈ ਸਰਪੰਚੀ ਦੇ ਲਾਇਕ ਨਹੀਂ ਸੀ ਉਹਨਾਂ ਨੂੰ MLA ਬਣਾ ਦਿੱਤਾ ਗਿਆ, ਜਿਨ੍ਹਾਂ ਨੂੰ ਕਿ ਕੋਈ ਸਿਆਸਤ ਬਾਰੇ ਪਤਾ ਹੀ ਨਹੀਂ ਆ, ਕੋਈ ਨੌਲੇਜ ਨਹੀਂ ਆ
ਅਸੀਂ ਜਨਤਾ ਕਿੱਦਾਂ ਚਲਾਉਣੀ ਆ। ਬਿਲਕੁਲ, ਅਸੀਂ ਤਾਂ ਕਹਿੰਦੇ ਪਾਰਟੀ ਕੋਈ ਵੀ ਹੋਵੇ, ਮਜ਼ਦੂਰ ਅਤੇ ਕਿਸਾਨ ਪੱਖੀ ਹੋਵੇ, ਅਸੀਂ ਕਿਸੇ ਪਾਰਟੀ ਨਾਲ ਨਹੀਂ। ਅਸੀਂ ਇਹ ਕਹਿੰਦੇ ਪਾਰਟੀ ਕੋਈ ਵੀ ਹੋਵੇ, ਮਜ਼ਦੂਰ